ਪੀਐਸ ਬਡਾਲੀਆਵਾਲਾ ਸਿੰਘ ਦਾ, ਜਿੱਥੇ ਡੀਐਸਪੀ ਬੱਸੀ ਪਠਾਣਾ ਸੁਖਮਿੰਦਰ ਸਿੰਘ ਚੌਹਾਨ ਅਤੇ ਐਸਐਚਓ ਬਡਾਲੀਆਵਾਲਾ ਸਿੰਘ ਅਮਰਦੀਪ ਸਿੰਘ ਨੇ ਇੱਕ ਇਨਕੁਆਇਰੀ ਕੀਤੀ ਹੈ। ਉੱਥੇ ਉਹਨਾਂ ਨੂੰ ਇੱਕ ਲੜਕਾ ਪੇਸ਼ ਹੋਇਆ ਸੀ ਕਿ ਸਾਡੇ ਨਾਲ ਵਿਆਹ ਦਾ ਝਾਂਸਾ ਦੇ ਕੇ ਠੱਗੀ ਵੱਜੀ ਹੈ। ਉਹਨਾਂ ਨੂੰ 5-6 ਬੰਦੇ ਟਰੇਸ ਹੋਏ ਆ, ਜਿਹੜੇ ਜੋ ਉਹਨਾਂ ਦਾ ਮੋਡਸ ਓਪਰੈਂਡੀ ਹੈ, ਉਹ ਪਿੰਡਾਂ ਦੇ ਭੋਲੇ ਲੋਕਾਂ ਨੂੰ ਜਿਹੜੇ ਜ਼ਿਆਦਾ ਐਕਸਪੋਜ਼ ਨਹੀਂ ਹੁੰਦੇ, ਉਹਨਾਂ ਕੋਲ ਕੋਈ ਫੈਮਿਲੀ ਦਿਖਾਉਂਦੇ, ਕੁੜੀ ਦਿਖਾਉਂਦੇ ਕਿ ਤੁਸੀਂ, ਜਿੱਦਾਂ ਸਾਡੇ ਕੋਲ ਜਿਹੜਾ ਕੇਸ ਆਇਆ ਵੀ ਤੁਸੀਂ ਸਾਨੂੰ 60,000 ਰੁਪਏ ਦਿਓ ਅਤੇ ਇੱਕ ਲੜਕੀ, ਸੋਹਣੀ ਲੜਕੀ ਨਾਲ ਤੁਹਾਡੇ ਮੁੰਡੇ ਦਾ ਅਸੀਂ ਵਿਆਹ ਕਰਾ ਦਾਂਗੇ। ਅਤੇ ਮੌਕੇ 'ਤੇ ਦੇਖ ਦਿਖਾਈ ਵਾਲੇ ਦਿਨ ਹੀ ਉਹਦਾ ਵਿਆਹ ਕਰਾ ਦਿੰਦੇ, ਅਤੇ ਕੁਛ ਦਿਨ ਜਦੋਂ ਮੁੰਡੇ ਵਾਲੀ ਸਾਈਡ ਥੋੜ੍ਹਾ ਬਹੁਤ ਫੰਕਸ਼ਨ ਕਰ ਲੈਂਦੀ ਹੈ, ਫਿਰ ਬਹਾਨਾ ਇਹ ਲਾਉਂਦੇ ਕਿ ਕੁੜੀ ਨੂੰ ਅਸੀਂ ਜੀ ਫਿਰ ਘਰ ਲੈ ਕੇ ਜਾਣਾ ਪੇਕੇ ਉਹਦਾ ਫੇਰਾ ਪਾਉਣ ਲਈ, ਅਤੇ ਮੁੜ ਕੇ ਉਹ ਵਾਪਸ ਹੀ ਨਹੀਂ ਭੇਜਦੇ ਕੁੜੀ ਨੂੰ। ਜਦੋਂ ਮੁੰਡੇ ਵਾਲੇ ਪੁੱਛਦੇ ਆ ਤਾਂ 2-3 ਦਿਨ ਲਾਰਾ ਲਾਉਂਦੇ ਰਹਿੰਦੇ। ਇਵੈਂਚੁਅਲੀ ਦੇ ਸਟਾਰਟ ਬਲੈਕਮੇਲਿੰਗ ਕਿ ਤੁਸੀਂ ਜੇ ਕੁੜੀ ਵਾਪਸ ਲੈਣੀ ਹੈ ਤਾਂ 50,000 ਰੁਪਏ ਦਿਓ, ਨਹੀਂ ਤਾਂ ਅਸੀਂ ਤੁਹਾਡੇ 'ਤੇ ਉਲਟਾ ਕੋਈ ਰੇਪ ਜਾਂ ਇੱਦਾਂ ਦਾ ਪਰਚਾ ਦਰਜ ਕਰਾ ਦੇਣਾ। ਇਸ ਤਰ੍ਹਾਂ ਇਹ ਬਲੈਕਮੇਲ ਕਰਕੇ ਫਾਈਨਲੀ ਮੁੰਡੇ ਵਾਲਿਆਂ ਤੋਂ ਪੈਸੇ ਹੋਰ ਲੈ ਲੈਂਦੇ ਆ ਸੈਟਲਮੈਂਟ ਕਰਨ ਲਈ, ਅਤੇ ਉਸਦੇ ਬਾਅਦ ਉਹੀ ਸੇਮ ਕੁੜੀ ਨੂੰ ਕਿਸੇ ਹੋਰ ਮੁੰਡੇ ਨਾਲ ਇਸੇ ਸਾਈਕਲ 'ਚ ਉਹਦਾ ਵਿਆਹ ਕਰਾ ਕੇ ਇੱਦਾਂ ਦੀ ਰੈਕਟ ਚਲਾਉਂਦੇ। ਸੋ ਇਹ ਟ੍ਰੈਫਿਕਿੰਗ ਵੀ ਕਰ ਰਹੇ, ਇਸ ਕਰਕੇ ਇਹਦੇ 'ਤੇ ਅਸੀਂ 420, 120 ਅਤੇ 370 IPC ਦਾ ਪਰਚਾ ਦਰਜ ਕੀਤਾ ਬਡਾਲੀਵਾਲਾ ਸਿੰਘ। ਅਤੇ ਇਹਨਾਂ ਤੋਂ ਫਿਲਹਾਲ ਸਾਡੇ 15,000 ਰੁਪਏ ਰਿਕਵਰ ਹੋਏ, ਅਤੇ ਬਾਕੀ ਇਹਨਾਂ ਨੇ ਕਾਫੀ ਖਰਚ ਖੁਰਚ ਵੀ ਦਿੱਤੇ। ਅਤੇ ਇਹ ਵੀ ਪੁੱਛਗਿੱਛ 'ਚ ਪਤਾ ਲੱਗਿਆ ਅਤੇ ਕਿ ਇਹਨਾਂ ਦੇ 2-3 ਪਰਚੇ ਹੋਰ ਵੀ ਦਰਜ ਆ ਬਿਲਕੁਲ ਸਿਮਿਲਰ ਕੇਸਿਸ 'ਚ, ਜਿਹਦੀ ਡਿਟੇਲ ਅਸੀਂ ਹਾਲੇ ਲੈਣੀ। ਹੁਣ ਤੱਕ ਅਸੀਂ ਵੈਰੀਫਾਈ ਕਰਾਂਗੇ, ਐਗਜੈਕਟ ਨੰਬਰ ਤਾਂ ਨਹੀਂ ਪਤਾ, ਪਰ ਇਹਨਾਂ ਦਾ ਪੁਰਾਣਾ ਹੀ ਧੰਦਾ ਚੱਲ ਰਿਹਾ। ਮੈਮ ਆਪਸ 'ਚ ਸਰਗਣਾ ਕੌਣ ਆ ਜੀ? ਸੌਰੀ, ਪਰ ਦੋ ਬਜ਼ੁਰਗ ਲੇਡੀ ਜਿਹੜੀ ਅਸੀਂ ਬਾਅਦ, ਥੋੜੀ ਉਮਰ ਜ਼ਿਆਦਾ 60 ਸਾਲ ਦੀ ਅਤੇ 70 ਸਾਲ ਦੇ, ਇੱਕ ਐਲਡਰਲੀ ਕਪਲ ਵਿੱਚ ਹੋਏ ਤਾਂ ਥੋੜ੍ਹਾ ਕੀ ਕਹਿੰਦੇ ਔਥੈਂਟਿਕ ਹੋ ਜਾਂਦਾ ਨਾ, ਕਿ ਗੱਲ ਜੈਨੂਇਨ ਲੱਗਦੀ ਹੈ ਕਿ ਬਜ਼ੁਰਗ ਇਨਵੋਲਵ ਹੈ ਤਾਂ ਠੀਕ ਹੀ ਹੋਣਗੇ। ਕਿਉਂਕਿ ਕੋਈ ਮੋਗੇ ਦਾ ਹੈ, ਕੋਈ ਲੁਧਿਆਣੇ ਦਾ ਹੈ, ਕੋਈ ਫਤਿਹਗੜ੍ਹ ਦਾ ਹੈ। ਠੀਕ ਹੈ, ਇੱਕ ਆਪਾਂ ਪਿੱਛੇ